ਵਿਆਹ ਦਾ ਲਾਰਾ ਲਾ ਕੇ ਇੱਕ ਪੁਲਿਸ ਦਾ ਮੁਲਾਜ਼ਮ ਲੜਕੀ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ। ਜਦੋਂ ਵਿਆਹ ਦੇ ਲਈ ਕਿਹਾ ਤਾਂ ਇਹ ਮੁੱਕਰ ਗਿਆ, ਜਿਸ ਤੋਂ ਬਾਅਦ ਕੁੜੀ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੱਸਦੇ ਕਿ ਵਿਆਹ ਦਾ ਲਾਰਾ ਲਗਾ ਕੇ ਇਹ ਪੁਲਿਸ ਦਾ ਮੁਲਾਜ਼ਮ ਮੁੱਕਰ ਗਿਆ, ਜਿਸ ਤੋਂ ਬਾਅਦ ਇਸਨੇ ਆਪਣੀ ਪ੍ਰੇਮਿਕਾ ਦੇ ਨਾਲ ਕੁੱਟਮਾਰ ਵੀ ਕੀਤੀ। ਜਦ ਵਿਆਹ ਕਰਵਾਉਣ ਦੇ ਲਈ ਕਿਹਾ ਤਾਂ ਇਹ ਮੁੱਕਰ ਗਿਆ। ਪ੍ਰੇਮਿਕਾ ਦੇ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ। ਉੱਚ ਅਧਿਕਾਰੀਆਂ ਦੇ ਵੱਲੋਂ ਪੀੜਤ ਪਰਿਵਾਰ ਨੂੰ ਬਿਠਾ ਕੇ ਪੁਲਿਸ ਮੁਲਾਜ਼ਮ ਨਾਲ ਵਿਆਹ ਕਰਵਾਉਣ ਦੇ ਲਈ ਰਾਜ਼ੀ ਕੀਤਾ ਗਿਆ ਅਤੇ ਪੀੜਤ ਲੜਕੀ ਦੀ ਭੈਣ ਨੀਲਮ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀ ਲੜਕੀ ਨੂੰ ਪੁਲਿਸ ਦਾ ਮੁਲਾਜ਼ਮ ਘਰੋਂ ਲੈ ਗਿਆ ਅਤੇ ਮਮਦੋਟ ਆਪਣੇ ਘਰ ਲਿਜਾ ਕੇ ਇਸ ਦੀ ਕੁੱਟਮਾਰ ਕੀਤੀ ਗਈ। ਪੁਲਿਸ ਮੁਲਾਜ਼ਮ ਵੱਲੋਂ ਲੜਕੀ ਨੂੰ ਬਾਹਰ ਕੁੱਟਮਾਰ ਕਰਕੇ ਗਲੀ ਦੇ ਵਿੱਚ ਸੁੱਟ ਦਿੱਤਾ, ਜਿੱਥੋਂ ਐਂਬੂਲੈਂਸ ਦੇ ਰਾਹੀਂ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪੀਟਲ ਦੇ ਵਿੱਚ ਲਿਆਂਦਾ ਗਿਆ। ਪੂਰਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ, ਜਿੱਥੇ ਲੜਕੀ ਦੇ ਨਾਲ ਬਦਸਲੂਕੀ ਕੀਤੀ ਗਈ, ਉਸ ਦੇ ਨਾਲ ਸਰੀਰਕ ਸੰਬੰਧ ਬਣਾਏ ਗਏ। ਜਦ ਵਿਆਹ ਦੇ ਲਈ ਕਿਹਾ ਤਾਂ ਪੁਲਿਸ ਦਾ ਮੁਲਾਜ਼ਮ, ਜਿਸ ਦਾ ਨਾਮ ਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ, ਉਹ ਸਾਫ਼ ਤੌਰ 'ਤੇ ਮੁੱਕਰ ਗਿਆ। ਇਲਜ਼ਾਮ ਨੇ ਜਿਹੜੇ ਲੜਕੀ ਦੀ ਭੈਣ ਦੇ ਵੱਲੋਂ ਲਗਾਏ ਗਏ ਨੇ, ਫਿਲਹਾਲ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਸਾਨੂੰ ਨਹੀਂ ਪਤਾ, ਸਾਨੂੰ 6 ਮਹੀਨੇ ਹੈਗੇ ਨੇ, ਸਾਨੂੰ ਬੜਾ ਪਰੇਸ਼ਾਨ ਮੁੰਡਾ ਕਰਦਾ ਪਿਆ, ਕਦੀ ਧਮਕੀਆਂ ਦੇ ਦਿੰਦਾ, ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ, ਕਦੀ ਕਹਿੰਦਾ ਮੈਂ ਛੱਡ ਦੇਣਾ, ਕਦੀ ਕਹਿੰਦਾ ਲੈ ਜਾਂਦਾ, ਸਾਨੂੰ ਕੁਛ ਨਹੀਂ ਪਤਾ ਸੁਬਹਾ ਦਾ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ। ਹੁਣ ਕੁੱਟ ਮਾਰ ਕੇ ਸੱਟ ਦਿੱਤਾ, ਉੱਥੇ ਸਾਨੂੰ ਫੋਨ ਆਇਆ ਸੀ, ਵਿਆਹ ਦੀ ਗੱਲ ਚੱਲਦੀ ਪਈ ਸੀ, ਇਹ ਸੀ ਮਨਪ੍ਰੀਤ ਨਾਲ ਹੀ, ਅਤੇ ਉਹਦੇ ਮਨਪ੍ਰੀਤ ਪੁਲਿਸ ਮੁਲਾਜ਼ਮ, ਅਤੇ ਉਹਨੇ ਕਿਹਾ ਸੀ ਮੈਂ ਵਿਆਹ ਕਰਾ ਲਵਾਂਗਾ, ਕੋਈ ਰਿਲੇਸ਼ਨ 'ਚ ਰਿਹਾ ਇਹਦੇ ਨਾਲ ਪਹਿਲਾਂ ਕੁੜੀ ਨਾਲ, ਕੁੜੀ ਨੂੰ ਆਪਦੇ ਘਰ ਵੀ 2-3 ਵਾਰੀ ਲੈ ਕੇ ਗਿਆ ਹੈ, ਸਾਨੂੰ ਨਹੀਂ ਪਤਾ, ਸਾਨੂੰ ਆ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਹੈ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਹੈ ਅਤੇ ਛੱਡ ਵੀ ਜਾਂਦਾ ਸੀ, ਅਤੇ ਬਾਅਦ 'ਚ ਹੁਣ ਮੁੱਕਰ ਗਿਆ ਹੈ, ਤਾਂ ਕੱਲ੍ਹ ਲੈ ਗਿਆ ਨੇ, 2-3 ਦਿਨ ਹੋ ਗਿਆ ਰਾਜ਼ੀਨਾਮਾ ਕੀਤਾ ਹੈ ਅਸੀਂ DSP ਦਫ਼ਤਰ, DSP ਦੇ ਵਿਆਹ ਕਰਾਉਣ ਤੋਂ ਇਹਨੇ ਕਿਹਾ ਵੀ ਮੈਂ ਵਿਆਹ ਕਰਾ ਲਵਾਂਗਾ ਅਤੇ ਰਾਜ਼ੀਨਾਮਾ ਲਿਖ ਦਿਓ, ਮੈਂ ਬਹਿ ਕੇ ਸਮਝੌਤਾ ਕਰ ਦਾਂਗਾ, ਅਤੇ ਹੁਣ ਉਹ ਪਤਾ ਨਹੀਂ ਲੈ ਗਿਆ, 2 ਦਿਨ ਹੋਏ ਰਾਜ਼ੀਨਾਮੇ ਨੂੰ, 3 ਦਿਨ, ਅਤੇ ਹੁਣ ਲੈ ਗਿਆ ਕੁੱਟ ਮਾਰ ਕੇ, ਉਹਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ 'ਚ ਕਿੰਨੇ ਕਿੰਨੇ ਉੱਥੇ ਸੱਟ ਦਿੱਤਾ, ਅਤੇ ਸਾਨੂੰ ਉੱਥੋਂ ਫੋਨ ਆਇਆ ਸੀ। ਹਾਂਜੀ, ਲੜਕੀ ਬੇਹੋਸ਼ ਹੈ, ਸਾਨੂੰ ਇਹਦਾ ਇਨਸਾਫ਼ ਚਾਹੀਦਾ। ਹਾਂਜੀ, ਇੱਕ ਐਂਬੂਲੈਂਸ ਲੈ ਕੇ ਆਈ 108 ਤੇ ਇੱਕ ਲੜਕੀ ਨੂੰ, ਅਤੇ ਹਿਸਟਰੀ ਸਾਨੂੰ ਦਿੱਤੀ ਗਈ ਸੀਗੀ ਕਿ ਕੋਈ ਉਹਨੇ ਗੋਲੀਆਂ ਖਾਧੀਆਂ ਹੈਗੀ, ਅਤੇ ਪੇਸ਼ੈਂਟ ਦਾ ਅਸੀਂ ਗੈਸਟਿਕ ਲਵਾਜ ਵਗੈਰਾ ਕਰਤਾ ਹੈ, ਪੇਸ਼ੈਂਟ ਦੀ ਹਾਲਤ ਸਾਨੂੰ ਥੋੜ੍ਹੀ ਜਿਹੀ ਨਾਜ਼ੁਕ ਲੱਗ ਰਹੀ ਹੈ, ਇਸ ਕਰਕੇ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਹੈ, ਅਤੇ ਪੇਸ਼ੈਂਟ ਦਾ ਨਾਮ ਸਲਮਾ, ਪਿਤਾ ਦਾ ਨਾਮ ਸਾਬਾ, ਬੋਲਬਾਗ ਦੇ ਰਹਿਣ ਵਾਲੇ ਹੈ, ਪੁਲਿਸ ਇਨਫੋਰਮੇਸ਼ਨ ਵੀ ਭੇਜਤੀ ਹੋਈ ਹੈ, ਬਾਕੀ ਹਜੇ ਕਰ ਰਹੇ ਪੁਲਿਸ। ਲੜਕੀ ਜੋ ਸਟੇਟਮੈਂਟ ਦੇਣਗੇ ਲੜਕੀ